ਪਿੰਡ ਆਕੜੀ ਦੇ ਸ਼ਹੀਦ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰਦੇ ਸਮੇਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਅਤੇ ਸੰਗਠਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰਾਜਪੁਰਾ ਸਰਕਾਰੀ ਹਸਪਤਾਲ ਧਰਨਾ ਦਿੱਤਾ ਗਿਆ ਸੀ। ਉਸ ਦੀ ਲਾਸ਼ ਨੂੰ 3 ਦਿਨ ਤੱਕ ਰਾਜਪੁਰਾ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਗਿਆ ਅਤੇ ਪਰਿਵਾਰ ਵੱਲੋਂ ਰੱਖੀ ਗਈ 3 ਮੰਗਾਂ ਵਿੱਚੋਂ 2 ਮੰਗਾਂ ਪੂਰੀਆਂ ਹੋ ਗਈਆਂ ਨੇ, ਜਿਸ ਵਿੱਚ ਆਰੋਪੀ ਦੇ ਖਿਲਾਫ਼ FIR ਦਰਜ ਕੀਤੀ ਗਈ ਅਤੇ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਸੀ। ਪੋਸਟਮਾਰਟ ਤੋਂ ਪਹਿਲਾਂ FIR ਵੀ ਦਰਜ ਕੀਤੀ ਗਈ, ਪਰ ਅੱਜ ਦੂਜੀ ਮੰਗ ਜੋ ਕਿ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਹੈ, ਪਰਿਵਾਰ ਨੂੰ ਅੱਜ ਵਿਧਾਇਕ ਗੁਰਲਾਲ ਘਨੌਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇਣ ਪਹੁੰਚੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਲਾਲ ਘਨੌਰ MLA ਘਨੌਰ ਤੋਂ ਸਰਦਾਰ ਸੁਰਿੰਦਰਪਾਲ ਸਿੰਘ ਜੀ ਆਕੜੀ ਜੋ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਸੀ, ਉਹਨਾਂ ਦੇ ਪਰਿਵਾਰ ਨੂੰ ਅੱਜ ਸਾਰੀ ਜਥੇਬੰਦੀ, ਸਿੱਧੂਪੁਰ ਜਥੇਬੰਦੀ ਵੀ, ਸਾਰੀਆਂ ਕਿਸਾਨ ਜਥੇਬੰਦੀਆਂ ਹੋਰ ਵੀ ਨੇ, ਪ੍ਰਧਾਨ ਸਾਹਿਬ ਆਏ ਹੋਏ ਨੇ, ਉਹਨਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਜਿਹੜੀ ਸਹਾਇਤਾ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਅੱਜ ਭੇਜੀ ਗਈ ਹੈ। ਤਹਿਸੀਲਦਾਰ ਸਾਹਿਬ ਆਏ ਨੇ, ਮਾਤਾ ਜੀ ਚਰਨਜੀਤ ਕੌਰ ਸ਼ਹੀਦ ਸੁਰਿੰਦਰਪਾਲ ਸਿੰਘ ਸੋਹੀ ਸਾਹਿਬ ਆਕੜੀ ਤੋਂ, ਸੋ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਆ ਕੇ ਜਿਹੜੀ ਮਦਦ ਕੀਤੀ ਗਈ ਹੈ। ਸੋ ਮੈਂ ਸਾਰੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਖੜੀ ਹੈ, ਕਿਸਾਨ ਜਥੇਬੰਦੀਆਂ ਦੇ ਆਗੂ ਖੜੇ ਨੇ, ਸਾਡੇ ਅਫਸਰ ਸਾਹਿਬਾਨ ਖੜੇ ਨੇ, ਸਾਡੇ ਮੀਡੀਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਪਰਿਵਾਰ ਦੇ ਨਾਲ ਪਹਿਲਾਂ ਵੀ ਖੜੇ ਸੀ ਅਤੇ ਅੱਜ ਵੀ ਜਿਹੜੇ ਨਾਲ ਖੜੇ ਆ। ਸੋ ਸਾਰੇ ਆਕੜੀ ਨਿਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਕਾਰ ਵੱਲੋਂ ਜਿਹੜਾ ਚੈੱਕ ਆਇਆ ਸੁਰਿੰਦਰ ਸਿੰਘ ਸੋਹੀ ਜੀ ਜਿਹੜੇ ਉਸ ਧਰਨਾ ਜਿਹੜਾ ਆਪਣਾ ਚੱਲਦੇ ਨੇ ਦੋਵੇਂ ਬਾਰਡਰਾਂ 'ਤੇ ਖਨੌਰੀ ਅਤੇ ਸ਼ੰਭੂ, ਉਸ ਦੌਰਾਨ ਜਦੋਂ ਇਲੈਕਸ਼ਨਾਂ ਹੋਣੀਆਂ ਸੀ ਉਦੋਂ ਧਰਨੇ ਦੇ ਦੌਰਾਨ ਇਹ ਇੱਥੇ ਸ਼ਹੀਦ ਹੋ ਗਏ ਸੀ ਸੁਰਿੰਦਰ ਸਿੰਘ ਸੋਹੀ ਜੀ। ਇਹ ਚੈੱਕ ਅੱਜ ਮਾਤਾ ਜੀ ਚਰਨਜੀਤ ਕੌਰ ਜੀ ਨੂੰ ਸੌਂਪਿਆ ਜਾਂਦਾ ਹੈ, ਪਰ ਜਿਹੜਾ ਬਾਕੀ ਨੌਕਰੀ ਦਾ ਮਸਲਾ ਵੀ ਹੈ, ਬੇਟੇ ਦਾ ਨੌਕਰੀ ਦਾ ਮਸਲਾ ਹੈ, ਉਹ ਵੀ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਹੱਲ ਹੋ ਜਾਣਾ ਚਾਹੀਦਾ। ਬੇਟੇ ਨੂੰ ਜਿਵੇਂ ਦੂਜਿਆਂ ਨੂੰ ਨੌਕਰੀਆਂ ਮਿਲੀਆਂ ਨੇ ਸ਼ਹੀਦਾਂ ਦੇ ਬੱਚਿਆਂ ਨੂੰ, ਉਸੇ ਤਰ੍ਹਾਂ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਸਰਕਾਰ ਨੂੰ ਸਰਕਾਰ ਅੱਗੇ ਅਪੀਲ ਕਰਦੇ ਹਾਂ, ਨੌਕਰੀ ਇਹਨਾਂ ਨੂੰ ਜਲਦੀ ਤੋਂ ਜਲਦੀ ਦੇ ਦੇਣੀ ਚਾਹੀਦੀ ਹੈ। ਇਹ ਅੱਜ ਚੈੱਕ ਹੈ ਜਿਹੜਾ 5 ਲੱਖ ਦਾ ਸਰਕਾਰ ਅੱਜ ਦੇ ਕੇ ਜਾ ਰਹੀ ਹੈ, MLA ਸਾਹਿਬ ਇੱਥੇ ਪਹੁੰਚੇ ਹੋਏ ਨੇ ਚੈੱਕ ਦੇਣ ਵਾਸਤੇ, ਅਤੇ ਸਾਡੀ ਸਾਰੀ ਸਮੂਹ ਸਿੱਧੂ ਜਥੇਬੰਦੀ ਵੀ ਇੱਥੇ ਪਹੁੰਚੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।